ਆ ਵੇਖੋ ਕਿਵੇਂ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਹੈ, ਜਿੱਥੇ ਬਾਜ਼ਾਰ ਜੰਗ ਦਾ ਮੈਦਾਨ ਬਣ ਜਾਂਦਾ ਹੈ ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਦੂਸਰੇ ਤੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ। ਤਾਂ ਦੱਸਦੇ ਕਿ ਇਹਨਾਂ ਦੇ ਵੱਲੋਂ ਕੋਲ ਪਏ ਇੱਟਾਂ ਰੋੜੇ ਇੱਕ ਦੂਸਰੇ ਤੇ ਵਰਾ ਦਿੱਤੇ ਜਾਂਦੇ ਨੇ ਤਾਂ ਦੋ ਨੌਜਵਾਨ ਇਸ ਦੇ ਵਿੱਚ ਜ਼ਖਮੀ ਵੀ ਹੋਏ ਨੇ। ਤਾਂ ਦੱਸਦੇ ਕਿ ਮਾਮਲਾ ਸੁਲਤਾਨਪੁਰ ਲੋਧੀ ਦਾ, ਜਿੱਥੇ ਜ਼ਖਮੀ ਸ਼ਖਸ ਨੇ ਦੱਸਿਆ ਕਿ ਆਪਣੇ ਦੋਸਤਾਂ ਦੇ ਨਾਲ ਆਈਲੈਟਸ ਕਰਦਾ ਹੈ ਤਾਂ ਜਦੋਂ ਵਾਪਸ ਆ ਰਿਹਾ ਸੀ ਤਾਂ ਦੂਸਰੇ ਧੜੇ ਦੇ ਨੌਜਵਾਨਾਂ ਦੇ ਵੱਲੋਂ ਉਸ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਤੇ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਉਹਨਾਂ ਕਿਹਾ ਕਿ ਅਸੀਂ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਹੈ। ਉਹਨਾਂ ਦੱਸਿਆ ਕਿ ਮੇਰੇ ਤੇ ਮੇਰੇ ਦੋਸਤਾਂ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਤਾਂ ਮੌਕੇ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਛੁਡਵਾਇਆ ਗਿਆ, ਜਿਸ ਤੋਂ ਬਾਅਦ ਦੋਨਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ, ਜਿਨ੍ਹਾਂ ਦੇ ਵਿੱਚੋਂ ਅਭਿਰਾਜਪਾਲ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਹੈ, ਜਦਕਿ ਗੁਰਪ੍ਰੀਤ ਸਿੰਘ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ। ਤਾਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਬਾਜ਼ਾਰ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ, ਜਿੱਥੇ ਨੌਜਵਾਨ ਦੋ ਬਾਈਕਾਂ ਤੇ ਜਾ ਰਹੇ ਸੀ ਤਾਂ ਪਿੱਛੋਂ ਦੀ ਪਿੱਛਾ ਕਰਦੇ ਇਹ ਕੁਝ ਵਿਦਿਆਰਥੀ ਆ ਰਹੇ ਸੀ, ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਇਹਨਾਂ ਤੇ ਇੱਟਾਂ ਰੋੜੇ ਵਰਾਏ ਜਾਂਦੇ ਨੇ, ਜਿਸ ਤੋਂ ਬਾਅਦ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹਨਾਂ ਤੇ ਹਾਵੀ ਹੋ ਜਾਂਦੇ ਨੇ। ਤਾਂ ਕਈ ਸਮੇਂ ਤੱਕ ਇਹ ਉਹਨਾਂ ਦਾ ਮੁਕਾਬਲਾ ਕਰਦੇ ਰਹਿੰਦੇ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਫਿਰ ਹਸਪਤਾਲ ਦੇ ਵਿੱਚ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਅਸੀਂ ਸ਼ਹਿਰ ਨਹੀਂਗੇ ਪੜ੍ਹਨ ਤੇ ਜੀ, ਅਸੀਂ ਸ਼ਹਿਰ ਤੋਂ ਜਾਣ ਡਏ ਸੀਗੇ, ਮਗਰੋਂ 20-25 ਮੁੰਡੇ ਆਏ ਜੀ ਅਮਨਪ੍ਰੀਤ ਹੋਸਪਿਟਲ ਤੋਂ, ਸਾਨੂੰ ਘੇਰ ਕੇ ਜੀ ਸਾਡੇ ਨਾਲ ਉੱਤੋਂ ਪੈ ਗਏ ਜੀ ਗੜ ਸਾਡੇ। ਉਹਨਾਂ ਕੋਲ ਹਥਿਆਰ ਸੀ ਜੀ ਉਹਨਾਂ ਕੋਲ। ਹਾਂਜੀ, ਸ਼ਹਿਰ ਦੇ ਸੀ ਮੁੰਡੇ ਜੀ, ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਜੀ, ਮਗਰੋਂ ਆਏ ਜੀ ਗੜ ਪੈ ਗਏ। ਕੋਈ ਪਹਿਲਾਂ ਲੜਾਈ ਝਗੜਾ ਹੋਵੇ? ਲੜਾਈ ਝਗੜਾ ਇੱਦਾਂ ਦਾ ਨਹੀਂ, ਕੋਈ ਇੱਦਾਂ ਖਾਸ ਨਹੀਂ ਜੀ। ਅਮਨਪ੍ਰੀਤ ਹੋਸਪਿਟਲ ਕੋਲ ਜੀ, ਸਿਰ ਤੇ ਜੀ ਟਾਂਕੇ ਲੱਗੇ ਆ ਜੀ, ਸਿਰ ਤੇ ਵਾਰ ਕੀਤਾ ਜੀ ਇਹਨਾਂ ਨੇ। ਸਾਡੇ ਦੋਸਤ ਜੀ ਇੱਥੇ ਵੱਖੀ ਤੇ ਜੀ ਹੋਈ, ਉਹਨਾਂ ਦੇ ਕਰਚ ਮਾਰੀ ਆ ਜੀ। ਪ੍ਰਸ਼ਾਸਨ ਕੋਲ ਮੰਗ ਕਰਦੇ ਆ ਜੀ, ਸਾਡੀ ਕਾਨੂੰਨੀ ਕਾਰਵਾਈ ਨਾਲ ਸਾਡਾ ਕੀਤਾ ਜਾਵੇ ਮਤਲਬ। ਉਹਨਾਂ ਦੇ ਘਰਦੇ ਵੀ ਨਾਲ ਹੀ ਸੀ ਜੀ, ਨਾਲ ਹਮਲੇ ਨਹੀਂ ਨਹੀਂ ਉਹਨਾਂ ਦੇ ਘਰਦੇ ਹਮਲੇ ਦੇ ਵਿੱਚ ਨਾਲ ਸੀ। ਮੇਰਾ ਨਾਮ ਬਿਰਾਜਪਾਲ ਸਿੰਘ ਹੈ, ਸੁਜੋ ਵਾਲੇ ਪਿੰਡ ਤੋਂ ਹੈ। ਗੱਲਬਾਤ ਜੀ, ਅਸੀਂ ਆਉਂਦੇ ਸੀ ਉੱਧਰੋਂ ਬਰਗਰਾ ਟੱਲੋ, ਤਿੰਨ ਚਾਰ ਜਣੇ ਆਏ, ਉਹ ਆਏ ਪਿੱਛੇ 20-25 ਜਣੇ ਆ ਕੇ ਤੇ ਗੱਲ ਪੈ ਗਏ। ਕੌਣ ਬੰਦੇ ਸੀ? ਬੰਦੇ ਸੀ ਇੱਥੋਂ ਸੁਲਤਾਨਪੁਰ ਹੀ ਆ, ਸਟੇਸ਼ਨ ਲਾਗੇ ਘਰ ਆ, ਦੁਬਾਰੀ ਦੁਬਾਰੀ ਕੁਛ ਕਰਕੇ ਆਇਆ ਜੀ। ਤੇ ਤੁਹਾਡੇ ਕੀ ਮਾਰਿਆ ਵਾ? ਮੇਰੇ ਚਾਕੂ ਮਾਰਿਆ ਜੀ ਉਹਨਾਂ ਢਿੱਡ। ਤੁਹਾਡੇ ਨਾਲ ਹੋਰ ਵੀ ਕੋਈ ਸਾਥੀ ਜ਼ਖਮੀ ਹੋਇਆ ਵਾ? ਹਾਂਜੀ, ਹੋਰ ਮੇਰਾ ਦੋਸਤ ਆ ਜੀ ਗੁਰਪ੍ਰੀਤ, ਕਲਾਸਮੇਟ। ਹਾਂਜੀ, ਪੜ੍ਹਾਈ ਕਰਦੇ ਹੋ? ਹਾਂਜੀ, ਕਾਲਜ ਪੜ੍ਹਦਾ ਜੀ। ਕਾਲਜ ਪੜ੍ਹਦੇ ਹੋ? ਕੋਈ ਕਿੰਨੇ ਜਣੇ ਜ਼ਖਮੀ ਹੋਇਆ? ਦੋ ਜਣੇ। ਉਹਨਾਂ ਕੋਲ ਹਥਿਆਰ ਕੋਲ ਤੇ ਕਿੰਨੇ ਬੰਦੇ ਟੋਟਲ ਜਿੰਨਾ ਹੁੰਦਾ ਜਿੰਦੇ ਦਾ? ਹਾਂਜੀ, ਉਹ 15-20 ਜਣੇ, 20-25 ਜਣੇ। ਤੇ ਨਹੀਂ ਨਹੀਂ ਜੀ। ਹਾਂਜੀ, ਤੇ ਉਹ ਚਾਕੂ ਚੁੱਕ ਮਾਰਿਆ ਜੀ, ਪਿਸਤੌਲ ਵੀ ਉਹਨਾਂ ਨੂੰ। ਪਿਸਤੌਲ ਵੀ? ਹਾਂਜੀ। ਪ੍ਰਸ਼ਾਸਨ ਦਾ ਕੋਈ ਮੰਗ ਕਰਨੀ ਚਾਹੁੰਦੇ? ਹਾਂਜੀ, ਮੰਗ ਕਰਾਂਗੇ, ਪਰਚਾ ਕਰਵਾਉਣਾ ਜੀ ਇਹਨਾਂ ਦਾ। ਮੈਂ ਡਾਕਟਰ ਹਰਪ੍ਰੀਤ ਸਿੰਘ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ। ਆਪਣੇ ਕੋਲ ਤਕਰੀਬਨ 3 ਵਜੇ ਨਾਲ ਦੋ ਲੜਾਈ ਝਗੜੇ ਦੇ ਕੇਸ ਆਏ ਆ, ਉਹਨਾਂ ਵਿੱਚੋਂ ਇੱਕ ਦਾ ਨਾਂ ਗੁਰਪ੍ਰੀਤ ਸਿੰਘ ਸਹੋਤਾ ਅਤੇ ਦੂਸਰੇ ਦਾ ਨਾਂ ਅਭਿਰਾਜਪਾਲ ਹੈ। ਤੇ ਇਹ ਦੋਨਾਂ ਦੇ ਸੱਟਾਂ ਲੱਗੀਆਂ ਨੇ, ਇਹਨਾਂ ਦੋਨਾਂ ਦਾ MLR ਕੱਟ ਦਿੱਤੀ ਹੈ। ਇਹਦੇ ਵਿੱਚੋਂ ਅਸੀਂ ਅਭਿਰਾਜਪਾਲ ਨੂੰ ਰੈਫਰ ਕਰ ਦਿੱਤਾ ਥੋੜ੍ਹੀ ਸੱਟ ਗੰਭੀਰ ਹੋਣ ਕਰਕੇ, ਦੂਸਰਾ ਪੇਸ਼ੈਂਟ ਫਿਲਹਾਲ ਸਾਡੇ ਕੋਲ ਅੰਡਰ ਟ੍ਰੀਟਮੈਂਟ ਹੈ।
ਜੋ ਗੁਰਪ੍ਰੀਤ ਆ ਉਹਦੇ ਤਾਂ ਸਿਰ ਦੇ ਵਿੱਚ ਸੱਟ ਲੱਗੀ ਆ, ਅਭਿਰਾਜ ਦੇ ਪੇਟ ਦੇ ਵਿੱਚ ਸੱਟ ਲੱਗੀ ਆ। ਸੱਟ ਦੇਖ ਕੇ ਤਾਂ ਇਹੀ ਲੱਗ ਰਿਹਾ, ਫਿਲਹਾਲ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਪਰਚਾ ਥਾਣੇ ਭੇਜ ਦਿੱਤਾ ਜਾਏਗਾ।